ਗੱਲ ਕੈਨੇਡਾ ਦੀ ਕਰਾਂਗੇ, ਸਟੱਡੀ ਵੀਜ਼ਾ ਦੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ, ਅੱਜ ਅਸੀਂ ਖਾਸ ਤੌਰ 'ਤੇ ਕੈਨੇਡਾ ਸਕੂਲਿੰਗ ਵੀਜ਼ਾ ਦੀ ਵੀ ਗੱਲ ਕਰਨ ਜਾ ਰਹੇ ਹਾਂ। ਸੋ ਕੈਨੇਡਾ ਸਕੂਲਿੰਗ ਵੀਜ਼ਾ ਦਾ ਵੀ ਟ੍ਰੈਂਡ ਅਸੀਂ ਦੇਖ ਰਹੇ ਹਾਂ, ਬਹੁਤ ਹੀ ਵਧੀਆ ਗ੍ਰਾਫ ਉੱਪਰ ਵੱਲ ਨੂੰ ਜਾ ਰਿਹਾ, ਪਿੱਚ 'ਤੇ ਇਸ ਵੇਲੇ। ਸੋ ਕਿਵੇਂ ਅਪਲਾਈ ਕੀਤਾ ਜਾ ਸਕਦਾ, ਅਗਲਾ ਸਵਾਲ ਇਹੀ ਹੋਏਗਾ ਸਾਰਿਆਂ ਦਾ। ਸੋ ਅੱਜ ਅਸੀਂ ਡਿਟੇਲ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੇ ਸਟੂਡੈਂਟ ਕੈਨੇਡਾ ਸਕੂਲਿੰਗ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ, ਪੇਰੈਂਟਸ ਨੂੰ ਕਿਸ ਤਰ੍ਹਾਂ ਦੀ ਤਿਆਰੀ ਰੱਖਣੀ ਚਾਹੀਦੀ ਹੈ, ਇਹਦੇ ਲਈ ਡੈਡਲਾਈਨ ਕੀ ਹੈ, ਕਦੋਂ ਤੱਕ ਅਪਲਾਈ ਕਰ ਦੇਣਾ ਚਾਹੀਦਾ, ਸਾਰੇ ਹੀ ਖਾਸ ਖਾਸ ਪੁਆਇੰਟਸ ਰਹਿਣਗੇ ਸ਼ਾਮਿਲ ਅੱਜ ਦੀ ਵੀਡੀਓ ਵਿੱਚ, ਤਾਂ ਕਿ ਜੇ ਤੁਸੀਂ ਅਪਲਾਈ ਕਰਨਾ ਚਾਹੋ ਤਾਂ ਪੂਰੀ ਡਿਟੇਲ ਤੁਹਾਡੇ ਕੋਲ ਹੋਵੇ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਾਰੇ ਜਿਵੇਂ ਕਿ ਜਾਣਦੇ ਹੀ ਨੇ ਕਿ ਨੈਵੀਗੇਟਰਸ ਓਵਰਸੀਜ਼ ਔਰ ਵੀਨਾ ਗੋਇਲ ਮੈਮ ਜੋ ਕਿ ਤਕਰੀਬਨ 26-28 ਸਾਲਾਂ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਨੇ, ਇੰਨਾ ਐਕਸਪੀਰੀਅੰਸ ਹੈ, ਢੇਰ ਸਾਰੀ ਪ੍ਰੋਫਾਈਲ 'ਤੇ ਕੰਮ ਕੀਤਾ, ਢੇਰ ਸਾਰੀ ਕੰਟਰੀਜ਼ ਦੇ ਵਿੱਚ ਡੀਲ ਕਰਦੇ ਨੇ, ਕਈ ਤਰ੍ਹਾਂ ਦੇ ਇੰਸਟੀਟਿਊਟਸ ਦੇ ਵਿੱਚ ਡੀਲ ਕਰਦੇ ਨੇ, ਤਾਂ ਕਿ ਹਰ ਤਰ੍ਹਾਂ ਦੀ ਪ੍ਰੋਫਾਈਲ ਦੇ ਲਈ ਇੱਕ ਵਧੀਆ ਪ੍ਰੋਗਰਾਮ ਉਸਨੂੰ ਸੁਜੈਸਟ ਕੀਤਾ ਜਾ ਸਕੇ, ਗਾਈਡ ਕੀਤਾ ਜਾ ਸਕੇ। ਤਾਂ ਉਸੇ ਦੇ ਵਿੱਚ ਕੈਨੇਡਾ ਸਕੂਲਿੰਗ ਵੀਜ਼ਾ ਦੇ ਉੱਪਰ ਵੀ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਨੈਵੀਗੇਟਰਸ ਓਵਰਸੀਜ਼ ਵੱਲੋਂ, ਅਤੇ ਇਸਦਾ ਪੂਰਾ ਪ੍ਰੋਸੈਸ ਮੈਮ ਜ਼ਰੂਰ ਸਾਰਿਆਂ ਨੂੰ ਸਮਝਾਇਓ, ਤਾਂ ਕਿ ਪੂਰੀ ਇਨਫੋਰਮੇਸ਼ਨ, ਰਾਈਟ ਇਨਫੋਰਮੇਸ਼ਨ ਸਾਡੇ ਸਾਰੇ ਦਰਸ਼ਕਾਂ ਤੱਕ ਪਹੁੰਚ ਸਕੇ। ਹਰਜੋਤ, ਇਹ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਜਾਂ ਇਨਫੋਰਮੇਸ਼ਨ ਦੇਣ ਵਾਸਤੇ ਕਿਹਾ, ਟਾਈਮ ਟੂ ਟਾਈਮ ਮੈਂ ਆ ਹੀ ਰਹੀ ਹਾਂ ਇਨਫੋਰਮੇਸ਼ਨ ਦੇਣ ਵਾਸਤੇ। ਜ਼ਿਆਦਾਤਰ ਜਨਤਾ ਜਿਹੜੀ ਆਪਣੀ ਪੰਜਾਬ ਦੀ, ਉਹ ਸਾਰੀ ਕੈਨੇਡਾ ਜਾਣ ਦੇ ਚਾਹਵਾਨ ਹੈ। ਹੁਣ ਉਹਨਾਂ ਦਾ ਬੱਚਾ, ਉਹਨਾਂ ਦੀ ਡ੍ਰੀਮ ਡੈਸਟੀਨੇਸ਼ਨ ਹੈ ਕੈਨੇਡਾ, ਅਤੇ ਨੈਚੁਰਲ ਹੈ ਕਿ ਜਦ ਉਹ ਆਪ ਇੱਕ ਸੁਖਨਾ ਲੈ ਕੇ, ਇੱਕ ਡ੍ਰੀਮ ਲੈ ਕੇ ਚੱਲ ਰਹੇ ਆ ਕਿ ਇਸ, ਕਿਉਂਕਿ ਬਹੁਤ ਸਾਰੇ ਉਹਨਾਂ ਦੇ ਰੈਲੇਟਿਵਸ, ਫਰੈਂਡ ਸਾਰੇ ਕੈਨੇਡਾ ਵਿੱਚ ਸੈਟਲ ਹੋ ਚੁੱਕੇ ਆ ਔਰ ਬਹੁਤ ਅੱਛੀ ਤਰੱਕੀ ਕੀਤੀ ਹੈ, ਅਤੇ ਨੈਚੁਰਲ ਹੈ ਹਰ ਬੰਦਾ ਆਪਣੀ ਵੀ ਲਾਈਫ ਇੱਕ ਅੱਛੀ ਬਣਾਉਣਾ ਚਾਹੁੰਦਾ, ਇੱਕ ਡ੍ਰੀਮ ਦੇਖਣ ਦਾ ਹਰ ਕਿਸੇ ਨੂੰ ਹੱਕ ਹੈ, ਅਤੇ ਉਹ ਉਸ ਤਰੀਕੇ ਨਾਲ ਯੂਜ਼ ਕਰਨਾ ਚਾਹੁੰਦੇ ਆ ਕਿ ਜਿਸ ਹਿਸਾਬ ਨਾਲ ਉਹਨਾਂ ਦੇ ਬੱਚੇ ਚੰਗੀ ਤਰ੍ਹਾਂ ਸੈਟਲ ਹੋਏ, ਕਿਉਂਕਿ ਹਰ ਪੇਰੈਂਟਸ ਆਪਣੇ ਬੱਚੇ ਦੀ ਇੱਕ ਲਾਈਫ ਅੱਛੀ ਬਣਾਉਣਾ ਚਾਹੁੰਦੇ ਆ। ਹੁਣ ਇੰਡੀਆ ਵਿੱਚ ਜੇ ਅੱਛਾ ਕਰ ਰਹੇ ਆ ਤਾਂ ਉਹ ਨੈਚੁਰਲ ਆ, ਇੱਥੇ ਇੰਗਲਿਸ਼ ਮੀਡੀਅਮ ਸਕੂਲ 'ਚ ਜਾਣਗੇ, ਉਸ ਤੋਂ ਉੱਪਰ ਫਿਰ ਬੋਰਡਿੰਗ ਸਕੂਲ 'ਚ ਜਾਣਗੇ, ਸਮਾਰਟ ਸਕੂਲ 'ਚ ਜਾਣਗੇ, ਉਸ ਤੋਂ ਵੀ ਉੱਪਰ ਫਿਰ ਹਿਲ ਸਟੇਸ਼ਨਸ 'ਤੇ ਜਾਣਗੇ, ਅਤੇ ਇੱਦਾਂ ਹੀ ਜੇ ਆਪਾਂ ਨੂੰ ਉਹੀ ਮੌਕਾ ਮਿਲ ਜਾਏ ਕਿ ਜਿਹੜਾ ਆਪਣਾ ਡ੍ਰੀਮ ਕੰਟਰੀ ਹੈ, ਨਾਲ ਜਿੱਦਾਂ ਆਪਾਂ ਵਧੀਆ ਤੋਂ ਵਧੀਆ ਐਜੂਕੇਸ਼ਨ ਆਪਾਂ ਇੱਥੇ ਦੇਖਦੇ ਹਾਂ, ਟੋਪ ਆਫ ਦਾ ਸਕੂਲ ਜਿੱਥੇ ਮੇਰੇ ਖਿਆਲ 8-10 ਲੱਖ ਤੋਂ ਘੱਟ ਫੀਸ ਨਹੀਂ ਆਉਂਦੀ, ਉਹਨਾਂ ਕੁ ਹੀ ਪੈਸਾ ਦੇ ਕੇ ਆਪਾਂ ਨੂੰ ਕੈਨੇਡਾ ਦੀ ਐਜੂਕੇਸ਼ਨ ਮਿਲ ਜਾਏ, ਨਾਲ ਪੇਰੈਂਟਸ ਜਾ ਸਕਦੇ ਹੋਣ, ਅਤੇ ਉਸ ਤੋਂ ਵਧੀਆ ਤਾਂ ਮੇਰੇ ਖਿਆਲ ਕੋਈ ਵੀ ਇਹਨਾਂ ਨੂੰ, ਮਤਲਬ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਮਿਲ ਸਕਦੀ। ਦਿਸ ਇਜ਼ ਵੈਰੀ ਗੁੱਡ ਅਪਰਚੁਨਿਟੀ ਫੋਰ ਯੂ, ਬਹੁਤ ਅੱਛਾ ਮੌਕਾ ਤੁਹਾਡੇ ਵਾਸਤੇ। ਇਹਦੇ ਵਿੱਚ ਵੀ ਮੈਂ ਇਹੀ ਕਹੂੰਗੀ ਕਿ ਤੁਸੀਂ ਜਿਹੜੇ ਆਪਣੇ ਬੱਚੇ ਨੂੰ ਐਟਲੀਸਟ 6-7 ਚ ਪੜ੍ਹਦਾ ਹੋਏ, ਥੋੜ੍ਹਾ ਜਿਹਾ ਬੜਾ ਹੋਏ, ਅਸੀਂ ਛੋਟੇ ਬੱਚੇ ਨੂੰ ਵੀ ਭੇਜ ਸਕਦੇ ਹਾਂ, ਪਰ ਛੋਟੇ ਬੱਚੇ ਦਾ ਥੋੜ੍ਹਾ ਜਿਹਾ ਇਹ ਹੈ ਕਿ ਇੰਨੇ ਸਾਲ ਦੀ ਸਟੱਡੀ ਚੈਲੇਂਜਿੰਗ ਹੁੰਦੀ ਹੈ, ਅਤੇ ਤੁਸੀਂ 6-7 ਦੇ ਬੱਚੇ ਤੋਂ ਲੈ ਕੇ 10th-11th ਤੱਕ ਦੇ ਬੱਚੇ ਤੁਸੀਂ ਜਿਹੜਾ ਐਡਮਿਸ਼ਨ ਕਰਾ ਸਕਦੇ ਹੋ, ਐਂਡ ਐਡਮਿਸ਼ਨ ਦੇ ਵੀ ਇਨਟੇਕ ਹੁੰਦੇ ਆ ਉਹਦੇ ਹਿਸਾਬ ਨਾਲ ਹੀ। ਹੁਣ ਸਾਰਿਆਂ ਦਾ ਜਿਹੜਾ ਜੁਲਾਈ ਜਾਂ ਸੈਪਟੈਂਬਰ ਇਨਟੇਕ ਹੋਏਗਾ, ਸਮੈਸਟਰਸ ਹੁੰਦੇ ਇਹਨਾਂ ਦੇ, ਅਤੇ ਉਸ ਹਿਸਾਬ ਨਾਲ ਐਡਮਿਸ਼ਨ ਹੁੰਦੀ ਹੈ, ਕਿਉਂਕਿ ਮਾਰਚ ਵਿੱਚ ਜਿਹੜੇ ਸਾਰੇ ਹੀ ਸਕੂਲਿੰਗ ਵਾਲੇ ਸਟੂਡੈਂਟਸ ਦਾ ਰਿਜ਼ਲਟ ਆ ਜਾਏਗਾ, ਤਾਂ ਇਹ ਸਭ ਤੋਂ ਅੱਛਾ ਮੌਕਾ ਹੈ ਕਿ ਇਸ ਟਾਈਮ ਪੇਰੈਂਟਸ ਆਪਣੀ ਇਨਕੁਆਇਰੀ ਕਰ ਸਕਦੇ ਆ, ਉਹਦੇ ਬਾਅਦ ਡਾਕੂਮੈਂਟੇਸ਼ਨ ਕਰ ਸਕਦੇ ਆ, ਡਾਕੂਮੈਂਟੇਸ਼ਨ ਦੇ ਬਾਅਦ ਉਹਨਾਂ ਦੇ, ਕਿਉਂਕਿ ਆਫਰ ਲੈਟਰ ਆਉਣੀ ਆ, ਆਫਰ ਲੈਟਰ ਦੇ ਬਾਅਦ ਉਹਨਾਂ ਦੀ ਫੀਸ
ਜਮ੍ਹਾਂ ਹੋਣੀ ਹੈ, ਫੀਸ ਜਮ੍ਹਾਂ ਹੋਣ ਦੇ ਬਾਅਦ ਉਹਨਾਂ ਦੀ ਫਾਈਲ ਲੱਗਣੀ ਹੈ। ਅਤੇ ਇਟਸ ਅ ਲੌਂਗ ਪ੍ਰੋਸੈਸ, ਇਹ ਨਹੀਂ ਕਿ ਇੱਕ ਦਿਨ ਦਾ ਪ੍ਰੋਸੈਸ ਹੈ, ਐਂਡ ਵੀਜ਼ਾ ਆਉਣ 'ਚ ਵੀ ਇੱਕ ਮਹੀਨੇ ਦਾ ਟਾਈਮ ਤਾਂ ਐਟਲੀਸਟ ਲੱਗਦਾ, ਕਈ ਵਾਰੀ ਮਤਲਬ 15-20 ਡੇਜ਼ ਤੋਂ ਲੈ ਕੇ ਇੱਕ ਡੇਢ ਮਹੀਨੇ ਤੱਕ ਦਾ ਟਾਈਮ ਹੁੰਦਾ। ਪੇਰੈਂਟਸ ਨਾਲ ਅਕੰਪਨੀ ਕਰ ਸਕਦੇ ਆ ਬੱਚੇ ਨੂੰ ਆਰਾਮ ਨਾਲ, ਇਹਦੇ ਵਿੱਚ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ, ਕਿਉਂਕਿ ਪੇਰੈਂਟ ਜਾਣ ਦੇ ਚਾਹਵਾਨ ਹੈ, ਪੇਰੈਂਟਸ ਉੱਥੇ ਦਾ ਕਲਚਰ ਦੇਖ ਸਕਦੇ ਆ, ਨਾਲ ਉਹਨਾਂ ਦਾ ਬੱਚਾ ਉੱਥੇ ਪੜ੍ਹ ਰਿਹਾ, ਅਤੇ ਇਹ ਇੱਕ ਬਹੁਤ ਅੱਛੀ ਓਪਰਚੁਨਿਟੀ ਆ ਸਕਦੀ ਹੈ। ਹੁਣ ਤੁਸੀਂ ਕਿਹੜੇ ਪ੍ਰੋਵਿੰਸ 'ਚ ਬੱਚਾ ਭੇਜਣਾ, ਇਹ ਡਿਪੈਂਡਸ ਔਨ ਯੂ, ਕੀ ਚਾਹੁੰਦੇ ਹੋ ਤੁਸੀਂ, ਅਲਬਰਟਾ 'ਚ ਭੇਜਣਾ, ਤੁਸੀਂ ਟੋਰੰਟੋ 'ਚ ਭੇਜਣਾ, ਵੈਨਕੂਵਰ 'ਚ ਭੇਜਣਾ, ਕਿਉਂਕਿ ਜਿਹੜਾ ਹਜੇ ਇਹਨਾਂ ਨੇ ਵੀਜ਼ਾ ਕੱਟ ਕੀਤਾ ਉਹ ਕੀਤਾ 35% ਆਲਮੋਸਟ, ਜਿਹੜਾ ਹੈ ਹਾਈ ਡਿਗਰੀਜ਼ ਵਾਸਤੇ ਜਾਂ ਡਿਪਲੋਮਾਸ ਵਾਸਤੇ ਅੰਡਰ ਗ੍ਰੈਡ ਸਟੂਡੈਂਟਸ ਦਾ, ਬਟ ਸਕੂਲਿੰਗ ਸਟੂਡੈਂਟ ਦਾ ਵੀਜ਼ਾ ਇਹਨਾਂ ਨੇ ਇਨਕਰੀਜ਼ ਕੀਤਾ, ਕਿਉਂਕਿ ਹੁਣ ਇਹਨਾਂ ਦਾ ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਇਹ ਮੰਨਣਾ ਹੈ ਕਿ ਜਿਹੜਾ ਬੱਚਾ ਸਕੂਲ 'ਚ ਆ ਰਿਹਾ ਉਹ ਇੱਕ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਟਾਲ ਸਕਦੇ ਹਾਂ। ਜਿਹੜੇ ਬੱਚੇ ਪਲੱਸ ਟੂ ਕਰਕੇ ਜਾ ਰਹੇ ਆ, ਕਈ ਵਾਰੀ ਉਹ ਕੰਮ 'ਤੇ ਜ਼ਿਆਦਾ ਫੋਕਸ ਕਰ ਰਹੇ ਆ ਜਾਂ ਪੜ੍ਹਨ ਦੀ ਵੱਲ ਘੱਟ ਧਿਆਨ ਦੇ ਰਹੇ ਆ ਜਾਂ ਹੋਰ ਮਿਸਚੀਵੀਅਸ ਐਕਟੀਵਿਟੀਜ਼ ਕਰ ਰਹੇ ਆ, ਜਦਕਿ ਛੋਟਾ ਬੱਚਾ ਜਿਹੜਾ ਉਹਨੂੰ ਆਪਣੇ ਹਿਸਾਬ ਨਾਲ ਉਹ ਪੜ੍ਹਾ ਕੇ, ਦੈਟ ਕੈਨ ਬੀ ਐਸੈਟ ਫੋਰ ਦੇਅਰ ਕੰਟਰੀ, ਅਤੇ ਉਹਨਾਂ ਦੀ ਕੰਟਰੀ ਵਾਸਤੇ ਇੱਕ ਐਸੈਟ ਹੋਏਗਾ। ਐਂਡ ਮਤਲਬ ਇਹ ਅੱਛਾ ਹੈ ਕਿ ਪੇਰੈਂਟਸ ਨੂੰ ਗਾਰਜੀਅਨ ਵੀਜ਼ਾ ਨਾਲ ਮਿਲਦਾ, ਜਿਸ ਤੋਂ ਕਿ ਬੱਚੇ ਨੂੰ ਪੇਰੈਂਟਸ ਦਾ ਸਪੋਰਟ ਹੁੰਦਾ, ਇੰਨਾ ਛੋਟਾ ਬੱਚਾ ਇਕੱਲਾ ਤਾਂ ਜਾ ਨਹੀਂ ਸਕਦਾ, ਤਾਂ ਦੈਟ ਇਜ਼ ਦਾ ਗੁੱਡ ਓਪਰਚੁਨਿਟੀ ਫੋਰ ਦਾ ਪੇਰੈਂਟਸ। ਐਂਡ ਬੱਚੇ ਨੂੰ ਇੱਕ ਜਿਹੜੀ ਆਪਾਂ ਇੱਥੇ ਆਪਾਂ ਹੋ ਸਕਦਾ ਇੰਨਾ ਪੈਸਾ ਲਾ ਕੇ ਜਿਹੜਾ ਆਪਾਂ ਹਿਲ ਸਟੇਸ਼ਨ 'ਤੇ ਭੇਜਣਾ ਸੀ ਉਹ ਇੱਥੇ ਕੈਨੇਡਾ ਵਿੱਚ ਤੁਹਾਨੂੰ ਮਤਲਬ ਫੋਰਨ ਕੰਟਰੀ 'ਚ ਉਹ ਮੌਕਾ ਮਿਲ ਰਿਹਾ, ਜਿੱਥੇ ਕਿ ਉਹਦੇ ਨਾਲ ਜਿਹੜੇ ਖਾਲੀ ਇੰਡੀਅਨ ਸਟੂਡੈਂਟਸ ਨਹੀਂ ਹੈ, ਉਹਦੇ ਨਾਲ ਡਿਫਰੈਂਟ ਕਮਿਊਨਿਟੀਜ਼ ਦੇ ਸਟੂਡੈਂਟਸ ਹੈ, ਜਿਸ ਤੋਂ ਬੱਚਾ ਹੋਰ ਵੀ ਕਲਚਰ ਸਿੱਖਦਾ, ਹੋਰ ਵੀ ਜਿੱਦਾਂ ਕਲਚਰ ਐਕਸਚੇਂਜ ਹੋ ਰਿਹਾ ਕਿ ਬਹੁਤ ਸਾਰੀ ਚੀਜ਼ਾਂ ਸਿੱਖਦਾ, ਔਰ ਇਹੀ ਏਜ਼ ਹੈ ਉਹਨਾਂ ਦੀ ਸਿੱਖਣ ਵਾਲੀ ਜਿਹਦੇ ਵਿੱਚ ਕਿ ਉਹ ਬਹੁਤ ਕੁਝ ਸਿੱਖ ਸਕਦਾ ਹੈ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਦੇਖੋ ਬਹੁਤ ਸਾਰੇ ਨਵੇਂ ਨਵੇਂ ਰਸਤੇ ਹੁੰਦੇ ਨੇ, ਬਸ ਲੋੜ ਹੁੰਦੀ ਹੈ ਕਿ ਤੁਹਾਨੂੰ ਉਸਦੇ ਬਾਰੇ ਪੂਰੀ ਜਾਣਕਾਰੀ ਹੋਵੇ। ਸੋ ਅੱਜ ਅਸੀਂ ਤਾਂ ਹੀ ਕਰਕੇ ਕੈਨੇਡਾ ਸਕੂਲਿੰਗ ਵੀਜ਼ਾ ਬਾਰੇ ਵੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਹੈ ਇਸ ਵੀਡੀਓ ਦੇ ਜ਼ਰੀਏ, ਤਾਂ ਕਿ ਅੱਜ ਕੱਲ੍ਹ ਜੋ ਹੁਣ ਟ੍ਰੈਂਡ ਵੀ ਚੱਲ ਰਿਹਾ ਵੀਜ਼ਾ, ਕਿਉਂਕਿ ਪਲੱਸ ਟੂ ਤੋਂ ਬਾਅਦ ਜਿਹੜੇ ਸਟੂਡੈਂਟਸ ਜਾਂਦੇ ਸੀ ਉੱਥੇ ਜਾ ਕੇ, ਹੁਣ ਉਹਨਾਂ ਲਈ ਕਿਸ ਕਿਸ ਤਰ੍ਹਾਂ ਦੀ ਕੰਪਲੀਕੇਸ਼ਨਸ ਆ ਰਹੀਆਂ, ਕਿਸ ਤਰ੍ਹਾਂ ਨਾਲ ਉਹਨਾਂ ਨੂੰ ਕੁਛ ਨਾ ਕੁਛ ਦਿੱਕਤਾਂ ਵੀ ਆ ਰਹੀਆਂ ਨੇ। ਸੋ ਜਿਵੇਂ ਕਿ ਮੈਮ ਨੇ ਬੜੇ ਹੀ ਡਿਟੇਲ ਦੇ ਵਿੱਚ ਸਮਝਾਇਆ, ਜਦੋਂ ਛੋਟਾ ਬੱਚਾ ਉੱਥੇ ਜਾਂਦਾ ਤਾਂ ਕੰਟਰੀ ਉਸਨੂੰ ਆਪਣਾ ਐਸੈਟ ਮੰਨਦੀ ਹੈ ਕਿ ਕੱਲ੍ਹ ਨੂੰ ਇਹ ਸਾਡੇ ਅਕੋਰਡਿੰਗਲੀ ਸਭ ਚੀਜ਼ਾਂ ਨੂੰ ਸਿੱਖਦੇ ਹੋਏ ਕੰਟਰੀ ਦੀ ਗਰੋਥ ਵਿੱਚ ਕੰਟਰੀਬਿਊਟ ਕਰੇਗਾ। ਸੋ ਮੈਨੂੰ ਉਮੀਦ ਹੈ ਕਿ ਪੇਰੈਂਟਸ ਜ਼ਰੂਰ ਸਮਝ ਚੁੱਕੇ ਨੇ ਕਿ ਅਗਰ ਅਸੀਂ ਚਾਹੁੰਦੇ ਹਾਂ ਬੱਚੇ ਨੂੰ ਸੈਟਲ ਕਰਨਾ ਵਧੀਆ ਢੰਗ ਨਾਲ ਔਰ ਸੋਚਿਆ ਕੈਨੇਡਾ ਜਾਣਾ, ਤਾਂ ਇਹ ਇੱਕ ਬਹੁਤ ਅੱਛਾ ਪ੍ਰੋਗਰਾਮ ਹੈ ਜਿਸ ਦੇ ਵਿੱਚ ਪੇਰੈਂਟਸ ਵਿੱਚੋਂ ਵੀ ਮਦਰ ਜਾ ਸਕਦੀ ਹੈ ਨਾਲ ਜਾਂ ਕੋਈ ਪਰਸਨ ਜਿਹੜਾ ਹੈ ਜਾਣਾ ਚਾਹੁੰਦਾ। ਸਪੈਸ਼ਲੀ ਮੈਮ ਵਿੱਚ ਜ਼ਰੂਰੀ ਹੁੰਦਾ ਹੈ ਕਿ ਮਦਰ ਹੀ ਜਾਏ ਜਾਂ ਫਿਰ ਫਾਦਰ ਵੀ ਜਾ ਸਕਦੇ ਨੇ? ਦੋਨੋਂ ਜਾ ਸਕਦੇ ਆ, ਦੋਨੋਂ ਹੀ ਆਪਣਾ ਵੀਜ਼ਾ ਨਾਲ ਲਵਾ ਸਕਦੇ। ਚਲੋ ਠੀਕ ਹੈ, ਬਿਲਕੁਲ। ਸੋ ਕੋਈ ਹੋਰ ਸਵਾਲ, ਕੋਈ ਡਾਊਟ ਹੋਵੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ ਇਸ ਉੱਪਰ ਕਾਲ ਕਰੋ, ਪੂਰੀ ਜਾਣਕਾਰੀ ਲਓ, ਟਾਈਮਲੀ ਪੂਰੇ ਪ੍ਰੋਸੈਸ ਨੂੰ ਸਮਝਦੇ ਹੋਏ ਆਪਣਾ ਪ੍ਰੋਸੈਸ ਸ਼ੁਰੂ ਕਰਵਾਓ ਔਰ ਇਸ ਵੀਜ਼ਾ ਲਈ ਅਪਲਾਈ ਕਰਕੇ ਪੋਜ਼ਿਟਿਵ ਰਿਜ਼ਲਟ ਦੇ ਨਾਲ ਅੱਗੇ ਵਧੋ। ਬਹੁਤ ਬਹੁਤ ਥੈਂਕਸ ਮੈਮ ਇਹ ਸਾਰੀ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਦੇ ਲਈ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।